ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿੱਦਾਂ ਜੀ ਸਾਰੇ? ਚੜ੍ਹਦੀ ਕਲਾ 'ਚੋਂ ਮਹਾਰਾਜ ਕਿਰਪਾ ਕਰਨ, ਖੁਸ਼ੀਆਂ ਗੇੜੇ ਬਖਸ਼ਣ, ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ। ਅਤੇ ਅੱਜ ਕੱਲ੍ਹ ਨਾ ਮੌਸਮ ਜਿਹੜਾ ਖਰਾਬ ਹੋ ਗਿਆ, ਗਰਮੀ ਬਹੁਤ ਜ਼ਿਆਦਾ, ਜੁਕਾਮ ਮੈਨੂੰ ਲੱਗ ਗਿਆ। ਠੰਡਾ ਪਾਣੀ ਵਗੈਰਾ ਵੀ ਕੱਲ੍ਹ ਪੀ ਲਿਆ ਉੱਥੇ ਥਾਣੇ ਵਿੱਚ, 2-3 ਵਾਰ ਤਾਂ ਪੈਪਸੀ ਆ ਗਈ ਅਤੇ ਉਹ ਪੀ ਲਈ, ਅਤੇ ਉਹਦੇ ਕਰਕੇ ਨਾ ਜੁਕਾਮ ਜਿਹੜਾ ਅੱਜ ਮੈਨੂੰ ਬਹੁਤ ਜ਼ਿਆਦਾ ਲੱਗਿਆ ਪਿਆ। ਅਤੇ ਸਵੇਰ ਤੋਂ ਅੱਜ ਸੁਰ ਹੋਈ ਪਈ ਹੈ, ਗਲਾ ਵੀ ਨਾ ਥੋੜ੍ਹਾ ਜਿਹਾ ਬੈਠਿਆ ਪਿਆ ਜੁਕਾਮ ਕਰਕੇ। ਅਤੇ ਮੈਂ ਕਿਹਾ ਚਲੋ ਦਿਨ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਅੱਜ ਹਾਲੇ ਤੱਕ ਕੋਈ ਪਲੈਨ ਨਹੀਂ ਹੈ ਆਪਾਂ ਕਿਤੇ ਨਹੀਂ ਜਾਣਾ, ਅਤੇ ਸਭ ਤੋਂ ਪਹਿਲੇ ਆਪਾਂ ਦੁਕਾਨ 'ਤੇ ਜਾਵਾਂਗੇ, ਦੁਕਾਨ 'ਤੇ ਆਪਣਾ ਕੰਮ ਸ਼ੁਰੂ ਕਰਾਂਗੇ। ਜਿਹੜੇ ਕੱਲ੍ਹ ਕਾਫੀ ਕੰਮ ਸੀਗਾ ਜਿਹੜਾ ਪੈਂਡਿੰਗ ਹੋ ਗਿਆ, ਔਰ ਦੁਕਾਨ 'ਤੇ 2 AC ਆਏ ਹੋਏ ਆ ਰਿਪੇਅਰਿੰਗ ਵਾਸਤੇ, ਉਹ ਵੀ ਰਿਪੇਅਰਿੰਗ ਕਰਨੇ ਆ, ਅਤੇ ਉਹ ਅੱਜ ਫਿਰ ਲਗਾ ਕੇ ਵੀ ਆਉਣੇ ਆ, ਅਤੇ ਇਹੀਓ ਕੰਮ ਚੱਲੇਗਾ ਆਪਣਾ। ਅਤੇ ਬਾਕੀ ਦੇਖਦੇ ਹਾਂ ਕਿਤੇ ਜਾਵਾਂਗੇ ਤਾਂ ਫਿਰ ਤੁਹਾਨੂੰ ਪੂਰਾ ਦਿਨ ਇੰਜੋਏ ਕਰਾਵਾਂਗੇ ਆਪਣੇ ਵਲੋਗ ਰਾਹੀਂ। ਚੱਲਦੇ ਹਾਂ ਦੁਕਾਨ 'ਤੇ, ਦੁਕਾਨ ਉੱਪਰ ਕਰਦੇ ਹਾਂ ਅਤੇ ਮਿਲਦੇ ਹਾਂ ਤੁਹਾਨੂੰ, ਆ ਜਾਓ। ਹਾਂਜੀ, ਅਤੇ ਅੱਜ ਸਾਡੇ ਕਾਕੇ ਭਾਅ ਜੀ ਨੂੰ ਹਰਸ਼ ਮਨੋਤਰਾ ਜੀ, BJP ਦੇ ਜਿਹੜੇ MP ਹੈਗੇ ਨੇ, ਇਲੈਕਸ਼ਨ ਲੜ ਰਹੇ ਨੇ, ਅਤੇ ਉਹ ਕਾਕੇ ਭਾਅ ਜੀ ਨੂੰ ਸਾਡੇ ਮਿਲਣ ਆ ਰਹੇ ਆ, ਅਤੇ ਮੈਂ ਤੁਹਾਨੂੰ ਦਿਖਾਉਂਦਾ ਕਿੰਨੀ ਪਬਲਿਕ ਉਹਨਾਂ ਦੇ ਨਾਲ ਹੈ, ਅਤੇ ਕਾਕੇ ਭਾਅ ਜੀ ਨੂੰ ਸਪੈਸ਼ਲ ਮਿਲਣ ਆ ਰਿਹਾ। ਹੈਲੋ, DJ ਚੱਲਣੇ ਚਾਲੂ ਹੋ ਗਏ ਆ, ਮੈਂ ਦਿਖਾਉਂਦਾ ਸਾਰਾ ਕੁਝ। ਪ੍ਰਤਾਪ ਕੌਰ ਆ ਜਾ, ਪਾਪਾ ਕੋਲ ਆ ਜਾ। ਪ੍ਰਤਾਪ ਕੌਰ ਜੀ ਆ ਗਈ ਹੈ ਸਕੂਲ ਤੋਂ, ਆ ਗਿਆ ਪੜ੍ਹਾਈ ਕਰਕੇ। ਕੀ ਪੜ੍ਹ ਗਿਆ ਅੱਜ? ਕੀ ਪੜ੍ਹਿਆ ਸੀ ਅੱਜ? ਮੈਂ ਪੇਂਟਿੰਗ ਲਿਖੀ ਔਰ ਪੋਇਮ ਪੜ੍ਹਨੀ, ਔਰ ਮੇਰੀ ਮੈਮ ਨੇ ਛੁੱਟੀ ਕਰਵਾਤੀ। ਬਸ ਦੇਖ ਲਓ ਬਈ, ਅੱਜ ਸਿਰਫ ਪੇਂਟਿੰਗ, ਪੋਇਮ, ਤੇ ਫਿਰ ਲੰਚ ਖਾਇਆ ਸੀ ਅੱਜ ਸਕੂਲੇ? ਨਹੀਂ ਖਾਇਆ ਅੱਜ? ਕੀ ਵੈਸੇ ਹੀ ਨਹੀਂ ਖਾਂਦੀ ਹੈ? ਇਹ ਦੇਖ ਲਓ, ਪ੍ਰਤਾਪ ਕੌਰ ਲੰਚ ਨਹੀਂ ਖਾਂਦੀ ਸਕੂਲ 'ਚ। ਐਰੀ ਮੰਮਾ ਨੇ ਅੱਜ ਭੇਜਿਆ ਸੀ ਐਪਲ, ਹੋਰ ਕੀ ਭੇਜਿਆ ਸੀ? ਬ੍ਰੈਡ ਰੋਲ। ਸਵੇਰੇ ਉੱਠ ਕੇ ਐਰੇ ਵਾਸਤੇ ਐਰੀ ਮੰਮਾ ਨੇ ਬ੍ਰੈਡ ਰੋਲ ਬਣਾਇਆ ਹੈ, ਔਰ ਇਹ ਬ੍ਰੈਡ ਰੋਲ ਬਿਲਕੁਲ ਨਹੀਂ ਖਾਂਦੀ ਹੈ। ਟੇਸਟੀ ਇਹਨੂੰ ਬਹੁਤ ਲੱਗਦਾ, ਪਰ ਸਕੂਲ 'ਚ ਜਾ ਕੇ ਰੋਟੀ ਨਹੀਂ ਖਾਂਦੀ ਹੈ। ਅਵਨੀ ਤੇਰੀ ਫਰੈਂਡ ਹੋਈ, ਅਵਨੀ ਹੈਲੋ, ਬੜੀਆ ਜੀ ਬੜੀਆ ਸਰ। ਆਊਟਡੋਰ ਕੀ ਮੋਟਰ? ਅੱਛਾ ਅੱਛਾ, ਕੋਈ ਨਹੀਂ, ਦੇਖ ਲੂੰਗਾ ਮੈਂ, ਬਤਾ ਦੇਣਾ ਮੇਰੇ ਕੋ, ਦੇਖ ਲੂੰਗਾ। ਹਾਂਜੀ, ਕੋਇਲ, ਕੂਲਿੰਗ ਕੋਇਲ, ਗੈਸ ਲੀਕੇਜ ਹੋ ਰਹੀ ਹੈ ਬਾਰ ਬਾਰ, 4,000 ਰੁਪਏ ਕੇ ਆਸ ਪਾਸ ਕੀ? ਹਾਂ, ਅਬ ਨਹੀਂ, ਯੇ ਬਾਏ।
हाँ उसके बाद मतलब गैस का खर्चा अलग है, वो कूलिंग कॉइल का अलग है। हाँ बाय अवनी। की है की दे फ्रेंड, मेरे मेरी भी दे फ्रेंड है ताई, मेरी गल सुन। प्रताप प्रताप दी फ्रेंड है अवनी चौहान, ते ओ मेरी भी फ्रेंड है ना, प्रताप दी फ्रेंड है ते, है ना? दोना दी नहीं है। की दी है फिर? प्रताप कौर दी। बस प्रताप कौर दी फ्रेंड है बस। भाई पापा दी फ्रेंड नहीं है अवनी को, अवनी चौहान सिर्फ प्रताप कौर दी फ्रेंड है ना, प्रताप कौर दी फ्रेंड है। चलो ठीक है, समझ गया तेरी गल, मैं समझ गया पूरी पूरी गल समझ गया। तेरे नक ते दाना कितना हो गया? इधर होंदा कैमरा देख, इधर इधर देखिया कर, इधर इधर कितना इधर दाना हो गया, चुई चुई हो गया। मैंगो खाया होना तू? मैंगो है ना, मैंगो खान नाल हो जांदा है, मैंगो घट खाया कर। पापा जी आ देखो मेरे हाथ पे अच्छी लग गई। ओ कुछ नहीं होता, मेरा बच्चा स्ट्रांग है, बहुत ज्यादा स्ट्रांग है ना। दर्द से निकल रहा खून, नहीं निकल रहा खून, नहीं निकल रहा तेरे अंदर खून है ही नहीं, कुछ खांदी दे है नहीं, कुछ खाएंगी पिएंगी ता ही खून बनता है, ऐसा नहीं बनता खून। किन्नू देख रही है? पर मेरे खून निकल रहा सगा फिंगर। खून निकल रहा थी फिंगर से? हां खून निकल रहा थी प्रताप जी फिंगर से। चल कोई नहीं, मेरा बच्चा चलो चार। मैंने तो मारा था तब ने हाथ लगाया और खून निकलने लग गया मेरे। तो क्यों लगाया जी? तुसी नहीं है वो वाली डाल तो निकलता भी नहीं है, बहुत छोटी जी है। देखो प्रताप जी कृपा नहीं पर आज की कटिंग वटिंग करियो या जितना बच्चा दे लगे ना। हां ओ बहुत वट्टी वाली दे नाल लग जंदे है, खून निकलना है फिर। हां खून निकल जाना फिर बस। और तिक्खी वाले दे नाल भी खून निकल जाता है, दर्द भी हो जाता है। ਠੀਕ ਹੈ ਚੱਲ ਛੱਡਿਆ ਵਾ ਹੁਣ ਤੈਨੂੰ ਮੈਂ ਘਰ, ਪ੍ਰਤਾਪ ਨਾਲ ਬਹੁਤ ਸਾਰੀ ਗੱਲਾਂ ਬਾਤਾਂ ਹੋ ਗਈਆਂ ਅਤੇ ਇਹਨੂੰ ਮੈਂ ਹੁਣ ਘਰ ਛੱਡਿਆ ਵਾਂ, ਕਿਉਂਕਿ ਇਹਨੇ ਘਰ ਜਾ ਕੇ ਰੋਟੀ ਵਗੈਰਾ ਖਾਣੀ ਆ ਅਤੇ ਇਹਦੀ ਮੰਮਾ ਜਿਹੜੀ ਹੈ ਵੇਟ ਕਰ ਰਹੀ ਹੋਏਗੀ, ਅਤੇ ਚੱਲੀਏ ਫਿਰ। ਚਲੋ ਯੈਸ। ਉਹ ਭਾਈ ਪ੍ਰਤਾਪ ਨੇ ਜੰਮ ਮਾਰੀ, ਦਾਦੂ ਜੀ ਨੂੰ ਮਿਲਿਆ, ਦਾਦੂ ਜੀ ਆਵਾਜ਼ ਮਾਰ ਰਹੇ। ਚਲੋ ਹੁਣ ਦਾਦੂ ਜੀ ਨੂੰ ਮਿਲੋ। ਦਾਦੂ ਜੀ ਪੁੱਛ ਰਹੇ ਕੀ ਪੁੱਛ ਰਹੇ ਹੈ ਦੱਸਦੇ ਦੇ। ਓਏ ਪਾਣੀ 'ਚ ਜੰਮ ਨਹੀਂ ਕਰਨਾ, ਨੋ ਨੋ ਨੋ। ਚੱਲ ਆ ਛੱਡ ਗਿਆ ਵਾਂ ਤੈਨੂੰ, ਗਰਮੀ ਹੋ ਰਹੀ, ਆ ਜਾ। ਓ ਬੇਟੇ ਬਹੁਤ ਵਧੀਆ ਬਹੁਤ ਵਧੀਆ। ਚਲੋ ਠੀਕ ਹੈ ਬਾਏ। ਚਲੋ ਜੀ ਬਾਏ, ਸ਼ਾਮੀ ਮਿਲਾਂਗੇ ਹੁਣ। ਉਹ ਬਾਈ ਪਸੀਨੋ ਪਸੀਨ ਹੋ ਗਏ ਹਾਂ ਆਪਾਂ ਬਹੁਤ ਜ਼ਿਆਦਾ, ਹੈ ਏਸੀ ਤਾਂ ਲਵਾਉਣਾ ਪਏਗਾ ਫਟਾਫਟ ਫਟਾਫਟ। ਸਾਡੇ ਗੋਗੀ ਭਾਅ ਜੀ ਆਰਾਮ ਕਰ ਰਹੇ ਹੈ, ਗੋਗੀ ਭਾਅ ਜੀ ਦਾ ਫੋਨ ਟੁੱਟ ਗਿਆ ਸੀਗਾ ਅਤੇ ਸਕਰੀਨ ਪਵਾ ਕੇ ਆਇਆ ਜਾ ਕੇ, ਔਰ ਇੱਥੇ ਚੱਲ ਰਹੀ ਹੈ ਪਾਈਪਿੰਗ ਦਾ ਕੰਮ, ਗੋਗੀ ਭਾਅ ਜੀ ਦਾ ਏਸੀ ਦੀ ਪਾਈਪ ਪਿਆ ਰਹੇ ਸੀ। ਸਾਰੇ ਰਾਜੇ ਭਈਆ ਲੱਗੇ ਹੋਏ, ਹੋਰ ਕੱਟੇਗਾ ਰਾਜੇ ਭਾਅ �ੀ ਤਾਂ ਬੈਠੇਗਾ ਕੋਨਾ। ਹਾਂ
ਉਹ ਭਾਈ ਹਨੇਰੀ ਚੱਲ ਪਈ ਹਨੇਰੀ। ਅਸੀਂ ਹਾਲੇ ਆਏ ਹੋਏ ਹਾਂ ਕੰਮ 'ਤੇ, 10 ਵੱਜ ਗਏ ਸਾਨੂੰ ਕੰਮ 'ਤੇ, ਅਸੀਂ ਗੁਰਦੁਆਰੇ ਸਾਹਿਬ 'ਚ ਕੰਮ ਕਰ ਰਹੇ ਹਾਂ, ਪਰ ਬਾਹਰ ਆ ਕੇ ਦੇਖਿਆ ਹਨੇਰੀ ਚੱਲ ਗਈ, ਸ਼ੋਰ ਮੱਚ ਰਿਹਾ ਬਹੁਤ ਜ਼ਿਆਦਾ। ਓਏ ਹੋਏ ਹੋਏ, ਮਿੱਟੀ ਹੋਈ ਪਈ, ਲਾਲਾ ਹੋ ਗਈ, ਲਾਲਾ। ਬਾਈ ਬਾਹਰ ਆ ਗਈ ਹਨੇਰੀ, ਹਨੇਰੋ ਹਨੇਰ ਹੋ ਗਿਆ ਮਾਮਲਾ, ਹਨੇਰੋ ਹਨੇਰ। ਉਹ ਦੇਖੋ ਕਿੰਨੀ ਤੇਜ਼ ਹਵਾ ਚੱਲ ਰਹੀ ਆ, ਮੌਸਮ ਕਹਿ ਰਹੇ ਸੀਗੇ 12 ਤਰੀਕ ਨੂੰ ਠੰਡਾ ਹੋਣਾ, ਮੀਂਹ ਪੈਣਾ। ਚਲੋ ਬਾਈ ਚਲੀਏ, ਹੋ ਗਿਆ ਕੰਮ, ਉਹਦੀ ਦੁਕਾਨ ਦੀ ਹੋ ਗਈ ਹੈ ਛੁੱਟੀ, ਆ ਲੱਗ ਗਏ ਤਾਲੇ। ਠੀਕ ਹੈ ਜੀ, ਓਏ ਮੈਂ ਛੋੜਾ ਤਾਂ, ਰੁਕ ਜਾ ਦੇਖੋ, ਅਰੇ ਮੌਸਮ ਖਰਾਬ ਹੋ ਰਿਹਾ, ਬੈਠ ਜਾ, ਆ ਜਾ ਆ ਜਾ। ਉਹ ਭਾਈ ਅੱਜ ਤਾਂ ਮਾਰੋ ਮਾਰੀ ਹੋ ਗਈ ਆ, ਮਾਰੋ ਮਾਰੀ। ਓਹੋ, ਅਸੀਂ ਨਾ 11 ਬਲੋਕ ਗੁਰਦੁਆਰੇ ਸੇਵਾ 'ਤੇ ਮਤਲਬ ਗਏ ਹੋਏ ਸੀ, ਏ ਸੀ ਦਾ ਕੰਮ ਕਰ ਰਹੇ ਸੀਗੇ, ਦਰਬਾਰ ਦੇ ਏ ਸੀ ਦੀ ਸਰਵਿਸ ਕਰਨੇ ਸੀਗੇ। ਮੈਂ ਕਹਿੰਦਾ ਉਹਦੇ ਬਾਅਦ ਇੱਕਦਮ ਨਾ ਬਾਹਰ ਨਾ ਮੈਂ ਦੇਖਿਆ ਆਵਾਜ਼ ਹੀ ਆਈ ਬੜਾ ਜ਼ੋਰ ਦੀ। ਮੈਂ ਬਾਹਰ ਜਾ ਕੇ ਦੇਖਿਆ ਬਾਈ ਹਨੇਰੀ ਹਨੇਰੀ ਇੰਨੀ ਚੱਲਦੀ ਪਈ ਆ, ਉੱਥੇ ਤੇ ਪੇੜ ਪਊ ਐਂ ਹੂੰ ਉੱਡੀ ਜਾਂਦੇ ਹੈ ਨਾ ਸਾਰੇ, ਅਤੇ ਬੜੀ ਮੁਸ਼ਕਿਲ ਨਾਲ ਘਰ ਆਏ ਹਾਂ। ਆਉਂਦੇ ਆਉਂਦੇ ਇੱਕਦਮ ਨਾਲ ਹੀ ਨਾ ਬਾਈਕ ਦੇ ਅੱਗੇ ਦੋ ਬੰਦੇ ਭੱਜੀ ਜਾਂਦੇ ਸੀ, ਉਹਨਾਂ ਦੀ ਟੋਪੀ ਉੱਡ ਗਈ, ਅਤੇ ਟੋਪੀਆਂ ਵਾਲਿਆਂ ਦਾ ਹਿਸਾਬ ਕਿਤਾਬ ਹੈ। ਉਹ ਟੋਪੀ ਪਾ ਕੇ ਜਾ ਰਹੇ ਹੁਣ ਬਾਈਕ 'ਤੇ, ਉਹਦੀ ਟੋਪੀ ਉੱਡ ਗਈ, ਟੋਪੀ ਉੱਡੀ ਅਤੇ ਉਹ ਟੋਪੀ ਚੱਕਣ ਦੇ ਚੱਕਰ ਨਾ ਭੱਜਿਆ ਆ ਰਿਹਾ ਸੀ ਪਿੱਛੇ ਨੂੰ, ਮੇਰੀ ਬਾਈਕ 'ਤੇ ਵੱਜਿਆ ਆ ਗਿਆ। ਮੈਂ ਕਿਹਾ ਪਾਗਲ ਹੈ ਭਰਾਵਾ, ਖੁਦ ਵੀ ਮਰੇਗਾ ਮੈਨੂੰ ਵੀ ਮਾਰੇਗਾ। ਇੱਕ ਹਨੇਰੀ ਨਹੀਂ ਚੱਲ ਰਹੀ ਸੀ, ਅੱਖਾਂ ਵਿੱਚ ਮਿੱਟੀ ਹੋਈ ਪਈ ਸੀ। ਮੈਂ ਝਾੜਿਆ ਫਿਰ ਉਹਨੂੰ ਹੱਲੇ ਨਾਲ, ਆ ਜਾ ਦੇਖੋ ਪ੍ਰਤਾਪ ਦੀ ਨਾ ਨਿਊ ਫਰੋਕ ਆਈ, ਆ ਜਾ ਆ ਜਾ ਆ ਜਾ ਆਏਂਗੀ ਇੱਥੇ ਦਿਖਾਵਾਂਗਾ ਨਾ ਇੱਧਰ। ਆ ਦੇਖੋ ਪ੍ਰਤਾਪ ਦੀ ਨਿਊ ਡਰੈਸ ਫਰੋਕ ਲੈ ਕੇ ਆਈ, ਦਿਖਾ ਗਿਆ ਹੋਰ ਗਿਆ, ਬਹੁਤ ਸੋਹਣੀ ਲੱਗ ਰਹੀ ਹੈ ਵੀ ਪ੍ਰਤਾਪ ਦੀ, ਹਾਰਡ ਵਾਲੀ, ਵਾਹ ਵੀ ਵਾਹ, ਬਹੁਤ ਕਿਊਟ ਹੈ, ਬੈਲਟ ਵੀ ਹੈ, ਲਓ ਜੀ ਬੈਲਟ ਵੀ ਹੈ ਪ੍ਰਤਾਪ, ਦੇਖਿਆ ਕਿੰਨੀ ਸੋਹਣੀ ਫਰਾਕ ਲੈ ਕੇ ਆਈ। ਕੱਲ੍ਹ ਵੀ ਲਿੱਤੀ ਸੀਗੀ ਪ੍ਰਤਾਪ, ਅੱਜ ਗਈ ਸੀ ਮੰਮੀ ਦੇ ਨਾਲ ਮਾਰਕੀਟ, ਅਤੇ ਇਹ ਗਏ ਸੀਗੇ ਸਾਰੇ ਸਰੋਜਨੀ ਮਾਰਕੀਟ, ਮੈਂ ਤਾਂ ਕੰਮ 'ਤੇ ਸੀਗਾ, ਅਤੇ ਮੈਂ ਕਿਹਾ ਮੈਂ ਤਾਂ ਨਹੀਂ ਜਾ ਪਾਵਾਂਗਾ, ਤੁਸੀਂ ਜਾਓ। ਅਤੇ ਉੱਥੋਂ ਮੰਮੀ ਹੁਣ ਆ ਗਏ, ਭਰਜਾਈ ਜੀ ਆ ਗਏ, ਅਤੇ ਆਪਣਾ ਪ੍ਰੀਤ ਆ ਗਈ, ਸਾਰੇ ਆ ਗਏ, ਅਤੇ ਸਾਰੇ ਗਏ ਸਰੋਜਨੀ ਮਾਰਕੀਟ, ਉੱਥੋਂ ਸ਼ੋਪਿੰਗ ਵੋਪਿੰਗ ਕਰਕੇ ਆਏ ਆ, ਹੁਣ ਕੱਪੜੇ ਉੱਪੜੇ ਦਿਖਾ ਰਹੇ ਪਾ ਕੇ, ਪ੍ਰਤਾਪ ਵੀ ਹੈ ਫਰੋਕ ਫਰੂਕ ਜੀ ਲੈ ਕੇ ਆਈ ਹੈ, ਅਤੇ ਦਿਖਾ ਰਹੀ ਹੈ ਨਾ। ਅਤੇ ਆਪਾਂ ਹੁਣ ਇੱਦਾਂ ਕਰਦੇ ਹਾਂ ਜੀ, ਅੱਜ ਦਾ ਵਲੋਗ ਇੱਥੇ ਸਮਾਪਤੀ ਕਰਦੇ ਹਾਂ, ਮਿਲਾਂਗੇ ਤੁਹਾਨੂੰ ਕੱਲ੍ਹ, ਠੀਕ ਹੈ ਜੀ। ਕੱਲ੍ਹ ਦਾ ਮੌਸਮ ਦਾ ਹਾਲੇ ਕੁਛ ਨਹੀਂ ਪਤਾ, ਠੰਡਾ ਰਹੂਗਾ ਕਿ ਗਰਮ ਰਹੂਗਾ, ਜਿਸ ਹਿਸਾਬ ਦਾ ਮੌਸਮ ਹੋ ਗਿਆ ਨਾ, ਅਤੇ 12 ਤਰੀਕ ਦੀ ਵੈਸੇ ਬਰਸਾਤ ਲਿਖੀ ਵੀ ਹੋਈ ਹੈ, ਅਤੇ ਦੇਖੋ 12 ਤਰੀਕ ਲਈ ਲਿਖੀ ਹੈ, ਅਤੇ ਪਹਿਲੇ ਮੌਸਮ ਠੰਡਾ ਹੋਏਗਾ ਤਾਂ ਹੀ ਗੱਲ ਬਣੇਗੀ, ਹੈ ਨਾ। ਅਤੇ ਅੱਜ 10-11 ਹੋ ਗਈ ਹੈ ਨਾ ਮੇਰੇ ਖਿਆਲ ਨਾਲ, ਅਤੇ ਕੋਈ ਨਾ ਚਲੋ ਬਰਸਾਤ ਦੇ ਮਜ਼ੇ ਲਵਾਂਗੇ ਅਗਰ ਬਰਸਾਤ ਆ ਗਈ, ਤਾਂ ਨਹੀਂ ਤਾਂ ਦੇਖਦੇ ਹਾਂ ਕੱਲ੍ਹ ਦਾ, ਕੰਮ ਤਾਂ ਆਪਣੇ ਕੋਲ ਹੈਗਾ ਹੀ ਹੈ, ਕੰਮ ਕਰ ਲਵਾਂਗੇ, ਨਹੀਂ ਤਾਂ ਹੈ ਨਾ ਕੰਮ ਚੱਲਦਾ ਰਹੂਗਾ। ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਵੀਡੀਓ 'ਚ, ਅੱਜ ਦੀ ਵੀਡੀਓ ਕਿੱਦਾਂ ਲੱਗੀ ਜ਼ਰੂਰ ਦੱਸਣਾ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ, ਮਿਲਦੇ ਰਹਾਂਗੇ ਨਵੀਂ ਨਵੀਂ ਵੀਡੀਓ ਲੈ ਕੇ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।